ਪੰਜਾਬ ਕੈਬਨਿਟ ਦੀ ਮੀਟਿੰਗ ਚੰਡੀਗੜ੍ਹ ਵਿਖੇ ਰਾਜ ਭਵਨ ਵਿਚ ਹੋਈ, ਜਿਸ ਦੌਰਾਨ ਪੰਜਾਬ ਮੰਤਰੀ ਮੰਡਲ ਨੇ ਫੈਸਲਾ ਕੀਤਾ ਕਿ ਉਦਯੋਗਾਂ ਦੇ ਲਈ ਪ੍ਰਤੀ ਯੂਨਿਟ 5 ਰੁਪਏ ਬਿਜਲੀ ਦੇਣ ਦਾ ਫੈਸਲਾ 1 ਜਨਵਰੀ 2018 ਤੋਂ ਲਾਗੂ ਹੋ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਨੂੰ 1500 ਕਰੋੜ ਰੁਪਏ ਸਾਲਾਨਾ ਦਾ ਬੋਝ ਸਬਸਿਡੀ ਦੇ ਨਾਮ ਤੇ ਝੱਲਣਾ ਪਵੇਗਾ। ਮੰਤਰੀ ਮੰਡਲ ਦੇ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਸਿਆ ਕਿ ਉਦਯੋਗਾਂ ਲਈ ਪਿਛਲੇ ਬਕਾਏ ਦੇ ਤੌਰ ਤੇ 300 ਕਰੋੜ ਰੁਪਏ ਸਰਕਾਰ ਆਪਣੇ ਕੋਲੋਂ ਦੇਵੇਗੀ। ਕਿਸਾਨ ਕਰਜ਼ ਮਾਮਲੇ ਬਾਰੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜਨਵਰੀ ਦੇ ਪਹਿਲੇ ਹਫ਼ਤੇ 3600 ਕਰੋੜ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਜਾਵੇਗੀ। ਪਹਿਲੇ ਦੌਰ ਵਿਚ ਸਹਿਕਾਰੀ ਬੈਂਕਾਂ ਤੋਂ ਲਏ ਕਰਜ਼ੇ ਨੂੰ ਮਾਫ਼ ਕੀਤਾ ਜਾਵੇਗਾ। ਥਰਮਲ ਪਲਾਂਟ ਨੂੰ ਲੈ ਕੇ ਪੰਜਾਬ ਮੰਤਰੀ ਮੰਡਲ ਵੱਲੋਂ ਵੱਡਾ ਫੈਸਲਾ ਲਿਆ ਗਿਆ ਏ। ਬਠਿੰਡਾ ਥਰਮਲ ਪਲਾਂਟ ਦੇ ਸਾਰੇ ਯੂਨਿਟ ਬੰਦ ਕੀਤੇ ਜਾ ਰਹੇ ਨੇ। ਰੋਪੜ ਥਰਮਲ ਪਲਾਂਟ ਦੇ ਵੀ 2 ਯੂਨਿਟ ਬੰਦ ਕਰਨ ਦਾ ਫੈਸਲਾ ਲਿਆ ਗਿਆ ਏ। ਇਸ ਦੇ ਨਾਲ ਹੀ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਡਾਇਰੈਕਟਰੇਟ ਸਥਾਪਿਤ ਕਰਨ ਦੀ ਮਨਜੂਰੀ ਵੀ ਦਿੱਤੀ। ਜਿੰਨੇ ਵੀ ਹਿੰਦੁਸਤਾਨ ਦੇ ਸਟੇਟ ਹੈਗੇ, ਇੱਕ ਵੀ ਸਟੇਟ ਹੈ ਨਹੀਂ ਜਿੱਥੇ 2-part ਟੈਰਿਫ ਨਹੀਂ ਚੱਲ ਰਿਹਾ। ਪੰਜਾਬ ਵਾਜ ਦਾ ਲਾਸਟ ਸਟੇਟ ਟੂ ਅਡੋਪਟ ਦਿਸ 2-part ਟੈਰਿਫ, ਔਰ ਅਸੀਂ ਇਸ ਤੋਂ ਭੱਜ ਨਹੀਂ ਸਕਦੇ ਸੀ। 2-part ਟੈਰਿਫ ਕਰਨਾ ਹੀ ਪੈਂਦਾ, ਐਂਡ 2-part ਟੈਰਿਫ ਦਾ ਮਤਲਬ ਇਹ ਹੁੰਦਾ ਕਿ ਦੇਰ ਇਜ਼ ਅ ਸਰਟਨ ਫਿਕਸ ਕੋਸਟ, ਫਿਰ ਜਿੰਨੀ ਜ਼ਿਆਦਾ ਕੰਜ਼ਮਪਸ਼ਨ ਕਰਦੇ ਹੋ ਤੁਹਾਡੀ ਕੰਜ਼ਮਪਸ਼ਨ, ਤੁਹਾਡਾ ਟੈਰਿਫ ਜਿਹੜਾ ਸਸਤਾ ਹੋ ਜਾਏਗਾ। ਸਟੇਟ ਗਵਰਨਮੈਂਟ ਹੁਣ ਲੱਗੀ ਹੋਈ ਹੈ, ਉਹ ਜਿਹੜੇ ਲੋਨ ਵਗੈਰਾ ਉਹਦੀ ਸੈਂਕਸ਼ਨ ਵਗੈਰਾ ਹੋ ਚੁੱਕੀ ਹੈ, ਉਹਦੀ ਤਾਂ ਹੁਣ ਡਿਸਬਰਸਮੈਂਟ ਦਾ ਹੀ ਫੈਸਲਾ ਹੈ। ਅਤੇ ਪਹਿਲੀ ਕਿਸ਼ਤ ਹੋ ਸਕਦਾ ਹੈ ਦਸੰਬਰ ਦੇ ਵਿੱਚ ਹੀ ਸ਼ੁਰੂ ਕਰਦੀ ਹੈ, ਕੋਈ 3600 ਕਰੋੜ ਦਾ ਪਹਿਲਾ ਕਿਸ਼ਤ ਜਿਹੜੀ ਹੈ ਉਹ ਰਿਲੀਜ਼ ਕਰ। ਸਭ ਤੋਂ ਪਹਿਲਾਂ ਕੋਆਪਰੇਟਿਵ ਬੈਂਕ ਨੂੰ ਆਏਗਾ, ਉਸ ਤੋਂ ਬਾਅਦ ਨੈਸ਼ਨਲਾਈਜ਼ ਬੈਂਕ ਨੂੰ ਆਏਗਾ, ਅਤੇ ਅਖੀਰ ਦੇ ਵਿੱਚ ਇਹ ਜਿਹੜੇ ਜਿਹਨੂੰ ਆਪਾਂ ਕਮਰਸ਼ੀਅਲ ਬੈਂਕ ਕਹਿੰਦੇ, ਕਮਰਸ਼ੀਅਲ ਬੈਂਕਾਂ ਨੂੰ ਆਏਗਾ। ਇਹ 3 ਕਿਸ਼ਤਾਂ 'ਚ ਅਸੀਂ ਦੇਵਾਂਗੇ।